पिस्टल चो निकली पॉइंट टू टू की गोली भी बंदे की जान ले सकती है, पर मैं 9mm का फायर वजन से भी बच गया। समझ नहीं आता कि मेरा बचना चंगी गल सी या नहीं। ਜਿਹੜੇ ਬਾਹਰ ਲੜਦੇ ਸੀ ਇਹ ਕੌਣ ਸੀ? ਉਹ ਨਲਾਇਕ ਹੈ ਬੰਦਾ, ਮੈਨੂੰ ਤੂੰ ਹੀ ਚੱਕਮਾ ਹੀ ਲੱਗਦਾ, ਦੂਰੀ ਰਹੀ ਹੈ ਨਾ ਤੂੰ। ਉਹ ਇਹੀ ਮਸੀਕੀ ਕਰਦਾ ਪਿੰਡੋਂ ਚੰਡੀਗੜ੍ਹ ਆਇਆ। ਸਾਡੇ ਕੋਲੋਂ ਸਾਇਮ ਸਾਇਮ ਜੋ ਲੰਘਦੇ। ਬਹੁਤ ਵੱਡੀ ਗਲਤੀ ਕਰ ਲਈ ਤੂੰ ਬਿਨਾਂ ਪੁੱਛੇ ਬੈਠ ਕੇ, ਚੱਲ ਖੜਾ ਹੋ ਨਹੀਂ ਤਾਂ ਕੰਨ ਲਾਲ ਕਰ ਦੂੰ। ਓ ਪਿਆਰ ਨਾਲ ਕਹਿੰਦਾ ਉੱਠ ਵੀ ਜਾਂਦਾ, ਧਮਕੀ ਤਾਂ ਚਾਹ ਲੋ ਦੇਣ, ਅੱਜ ਕਬਰਾਂ 'ਚ ਉੱਠ ਕੇ ਦੇਣ, ਉਹਦੇ ਤੋਂ ਨਹੀਂ ਦੱਬਦਾ ਜੱਟ। ਆ ਜਿਹੜੇ ਤੂੰ ਲੱਛਣ ਫੜਿਆ ਨਾ ਬਦਮਾਸ਼ੀਆਂ ਵਾਲੇ, ਛੱਡ ਦੇ ਨਹੀਂ ਤਾਂ ਇੱਥੇ ਹੀ ਬਹਿ ਕੇ ਰੋਏਗਾ। ਓਏ ਹੋਏ ਹੋਏ ਮੇਰੀ ਲੇਡੀ ਸਿੰਗਲ, ਇਸ ਵਾਰ ਦੇਖਦਾ ਇਲੈਕਸ਼ਨਾਂ 'ਚ ਕਿਹਦੀ ਲਾਲ ਹੁੰਦੀ ਆ। ਉਹ ਜਿਨ੍ਹਾਂ ਦੀ ਹਰ ਵਾਰੀ ਲਾਲ ਹੁੰਦੀ ਆ, ਉਹ ਬੈਂਸੀਆਂ ਮੇਰੇ ਤੋਂ ਲੈ ਜਾਓ, ਵੋਟਾਂ 'ਚ ਕੰਮ ਆਉਣਗੀਆਂ। ਇਹ ਯੂਨੀਵਰਸਿਟੀ ਹੈ ਤੇ ਪਿਛਲੇ 4 ਸਾਲਾਂ ਤੋਂ ਇਹੀ ਪੜ੍ਹੇ ਲਿਖੇ ਸਾਨੂੰ ਜਿਤਾਉਂਦੇ ਆ ਰਹੇ, ਤੇ 4 ਸਾਲ ਉਹਨਾਂ ਦੇ ਤਾਤੀ ਚੈੱਕ ਕਰੇ ਨੇ, ਤੇ ਹੁਣ ਸਾਡਾ ਸ਼ੇਰ ਭੁੱਲਰ ਸ਼ਿਕਾਰ ਕਰੂਗਾ। MSU ਜਿੰਦਾਬਾਦ। ਕਿਹੜੀ ਫਿਲਮ ਦੇਖ ਕੇ ਆਇਆ? ਦੇਖ ਕੇ ਨਹੀਂ ਆਇਆ ਬਾਬੇ, ਮੈਨੂੰ ਲੱਗਦਾ ਇਹ ਮਿਸ ਪ੍ਰੀਤਨਾ ਸਿਨੇਮੇ 'ਚ ਫਿਲਮ ਬਣਾਉਣ ਗਿਆ ਸੀ। ਲੱਗਿਆ ਮੁੰਡਾ ਦੇ ਨੂੰ ਬਾਈ, ਇਹ ਮੁੰਡਾ ਮੈਂ ਦੇ ਹੀ ਨਹੀਂ ਸਕਦਾ, ਮੇਰਾ ਸਟਾਰ ਕੰਪੇਨਰ ਹੈ। ਹਾਂ ਦੇ ਵੀ ਸਕਦਾ ਬਾਈ ਜੀ, ਆਪਣਾ ਕੈਂਡੀਡੇਟ ਬਿਠਾ ਦੇਣ, ਮੁੰਡਾ ਲੈ ਜਾਓ। ਪੁੱਤ ਤੂੰ ਲੈ ਤਾਂ ਆਏਗਾ ਨਾ ਭੱਲੀ ਨੂੰ ਵਾਪਸ? ਹਾਂ ਬੇਬੀ, ਮੈਂ ਵਾਪਸ ਆਵਾਂ ਭਾਵੇਂ ਨਾ, ਆਪਣਾ ਬੱਲੀ ਜ਼ਰੂਰ ਵਾਪਸ ਆਊਗਾ। ਯੂਨੀਵਰਸਿਟੀ 'ਚ ਇਲੈਕਸ਼ਨਾਂ ਦਾ ਮਾਹੌਲ ਹੈ, ਮੇਰੀ ਚਿੰਤਾ ਦੀ ਖਾਸ ਵਜ੍ਹਾ ਹੈ ਸਿਕੰਦਰ, ਸੁਣਿਆ ਫੇਰ ਆ ਗਿਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ, ਇਹ ਸਾਲਾ ਸਿਕੰਦਰ ਸਵੇਰ 'ਚ ਉੱਠ ਕੇ ਆਇਆ ਕਿਤਾ? ਕੁਛ ਲੋਕ ਨਹੀਂ ਚਾਹੁੰਦੇ ਕਿ ਮੈਂ ਇਲੈਕਸ਼ਨ ਲੜਾਂ। ਇਹ ਦੁਨੀਆ ਡਰਦਿਆਂ ਨੂੰ ਡਰਾਉਂਦੀ ਹੈ, ਤੂੰ ਇਲੈਕਸ਼ਨ ਲੜ ਬਸ। ਇਲੈਕਸ਼ਨ ਤਾਂ ਇਸ ਵਾਰ ਮੈਂ ਲੜਨੇ ਆ ਤੇ ਜਿੱਤਨੇ ਵੀ ਆ, ਜੇ ਮੈਨੂੰ ਕਿਸੇ ਦਾ ਕਤਲ ਕਰਨਾ ਪੈ ਗਿਆ ਨਾ ਤਾਂ ਉਹ ਵੀ ਕਰੂੰਗਾ। ਇਹ ਜਿੰਨੇ ਫੜਨੇ ਸੌਖੇ ਆ ਨਾ, ਓਨੇ ਹੀ ਚਲਾਉਣੇ ਔਖੇ। ਇਸ ਵਾਰ ਸਿਕੰਦਰ ਦਾ ਸੇਵਾ ਤੇ ਮੈਂ ਆਪਣੀ ਹੱਥੀ ਬਾਲਾਂਗਾ। ਭੁੱਖਾ ਸ਼ੇਰ ਤੇ ਚਿਰਾ ਬਾਅਦ ਆਇਆ ਤੂਫਾਨ, ਦੋਵੇਂ ਖਤਰਨਾਕ ਹੁੰਦੇ ਆ। ਗੱਡੀ ਚਾਹੀਦੀ ਆ ਬਾਹਰ ਨਿਕਲ। ਇਸ ਵਿੱਚ ਗੋਲੀ ਹੈ ਹੋਲੋ ਦੀਆ, ਮੱਥੇ 'ਚ ਗੁਲਾਬ ਦਾ ਫੁੱਲ ਬਣਾ ਦੂ।